ਮੌਕੇ ਅਕਸਰ ਹੀ ਰਾਜਨੀਤਿਕ ਪਾਰਟੀਆਂ 'ਚ ਤਕਰਾਰਬਾਜ਼ੀ ਆਮ ਹੀ ਵੇਖਣ ਨੂੰ ਮਿਲਦੀ ਹੈ। ਇਸ ਤਕਰਾਰਬਾਜ਼ੀ 'ਚ ਜਾਂ ਫਿਰ ਕਹਿ ਲਓ ਕਿ ਇਸ ਝੜਪ 'ਚ ਕਈ ਵਾਰ ਆਮ ਲੋਕ ਲਪੇਟੇ ਜਾ ਜਾਂਦੇ ਨੇ। ਅਜਿਹਾ ਹੀ ਮਾਮਲਾ ਮੁੱਲਾਂਪੁਰ ਦਾਖਾਂ ਤੋਂ ਜ਼ਿਮਨੀ ਚੋਣਾਂ ਦੇ ਪ੍ਰਚਾਰ ਸਮੇਂ ਸਾਹਮਣੇ ਆਇਆ, ਜਿੱਥੇ ਹਲਕਾ ਪਿੰਡ ਬੱਦੋਵਾਲ 'ਚ ਦੋ ਕਾਂਗਰਸੀ ਧੜੇ ਆਪਸ 'ਚ ਭਿੜ ਗਏ ਨੇ, ਜਿਨ੍ਹਾਂ ਦੇ ਮਸਲੇ ਨੂੰ ਸੁਲਝਾਉਣ ਲਈ ਮੀਟਿੰਗ ਬੁਲਾਈ ਗਈ, ਜਿੱਥੇ ਕੈਪਟਨ ਸੰਧੂ ਦੇ ਦਫ਼ਤਰ ਦੇ ਬਾਹਰ ਦੋਵੇਂ ਧੜਿਆਂ ਦੀ ਝੜਪ ਹੋ ਗਈ, ਜਿੱਥੇ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਵੀ ਸ਼ਿਰਕਤ ਕੀਤੀ ਅਤੇ ਇਹਨਾਂ ਦੋਵੇਂ ਧੜਿਆਂ ਨੂੰ ਅਜਿਹਾ ਕਰਨ ਤੋਂ ਵਰਜਿਆ। ਇਸ ਤੋਂ ਬਾਅਦ ਮਾਮਲਾ ਇਸ ਕਦਰ ਉਲਝ ਗਿਆ ਕਿ ਅੰਮ੍ਰਿਤਧਾਰੀ ਨੌਜਵਾਨ ਨੇ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਤੇ ਥੱਪੜ ਮਾਰਨ ਦੇ ਇਲਜ਼ਾਮ ਲਾਏ, ਨਾਲ ਹੀ ਇਹ ਵੀ ਕਿਹਾ ਕਿ ਮੰਤਰੀ ਉਹਨਾਂ ਦਾ ਪੱਖ ਸੁਣੇ ਬਿਨਾਂ ਹੀ ਉਹਨਾਂ ਨਾਲ ਧੱਕੇਸ਼ਾਹੀ ਕੀਤੀ ਹੈ, ਜਿਸ ਤੋਂ ਬਾਅਦ ਪੂਰਾ ਮਾਮਲਾ ਗਰਮਾ ਗਿਆ। ਇਸ ਘਟਨਾਕ੍ਰਮ ਦੀ ਵੀਡੀਓ ਵੀ ਵਾਇਰਲ ਹੋਈ, ਤਸਵੀਰਾਂ 'ਚ ਤੁਸੀਂ ਵੇਖ ਹੀ ਸਕਦੇ ਹੋ ਕਿ ਕਿਵੇਂ ਚੋਣਾਂ ਦਾ ਦੰਗਲ ਜੰਗ ਦੇ ਦੰਗਲ 'ਚ ਬਦਲ ਗਿਆ। ਇਹਨਾਂ ਨੇ ਆਪਣੇ ਅਮਰਜੋਤ ਤੇ ਕੁਲਦੀਪ ਨੇ ਕੈਂਸਲ ਕਰਾਇਆ, ਅਸੀਂ ਤੇ ਰਿਕਵੈਸਟ ਕਰਨੇ ਸੀ, ਅਸੀਂ ਪਿਆ ਬੰਦੇ ਦੇ ਪਿੰਡ ਚੱਲੋ, ਸਾਡੇ ਪਿਆ ਬੰਦੇ ਦੇ ਕੁਲਤੀ ਬਣੀ ਹੋਈ ਆ, ਜਿਹੜਾ ਕਿ ਪਰਸੋਂ ਪਰੋਹ ਹੋ ਚੁੱਕ ਸਮਾਂ ਉਹ ਸ਼ਾਮਲ ਨਹੀਂ ਸੀਗਾ ਜੀ। ਅੱਛਾ ਤੁਸੀਂ ਉਹ ਤਾਂ ਸਾਨੂੰ ਤਾਂ ਨਹੀਂ ਬੁਲਾਇਆ ਗਿਆ, ਅਸੀਂ ਕਾਂਗਰਸ ਦੀ ਚਾਹੁੰਦਾ ਬਾਜੀ ਯਾਨੀ ਜਿੱਤੇ, ਇਹ ਨਹੀਂ ਚਾਹੁੰਦਾ ਕਾਂਗਰਸ ਜਿੱਤੇ, ਇਹ ਹਰਾਉਣਾ ਚਾਹੁੰਦੇ ਆ ਜੀ। ਉਹ ਤਾਂ ਨਹੀਂ, ਜਿਹੜਾ ਪਰਸੋਂ ਸਮਾਗਮ ਹੋਇਆ ਉਹਦੇ ਸਾਨੂੰ ਨਹੀਂ ਬੁਲਾਇਆ ਗਿਆ, ਨਹੀਂ ਲੱਗਿਆ, ਨਹੀਂ ਬੁਲਾਇਆ ਗਿਆ ਮੈਨੂੰ, ਨਰਮਸਾ ਨਹੀਂ ਲੱਗਿਆ, ਨਹੀਂ ਜੀ। ਠੀਕ ਹੈ, ਇਸ ਕਰਕੇ ਤੁਸੀਂ ਆਪਦਾ ਅਲੱਗ ਰੱਖੇ ਸੀ, ਅਸੀਂ ਨਹੀਂ ਪਹਿਲਾਂ ਤੋਂ ਲੱਗੇ ਇਹਨਾਂ ਤੋਂ ਜੀ, ਕਿਉਂਕਿ ਦੱਲੇ ਬੰਦੇ ਆ, ਇਹ ਬਕਾਊ ਨੇ, ਸਾਡੇ ਪਿੰਡ ਦੁੱਖਾ ਦਾ ਅੰਦਾਜ਼ਾ ਨਹੀਂ, ਸਾਡੇ ਜੀ ਜ਼ਿਲ੍ਹਾ ਪ੍ਰੀਸ਼ਦ ਨੂੰ ਵੋਟ ਪਈ 1200, ਸਾਡਾ ਪ੍ਰੋਗਰਾਮ ਪਾਰਟੀ ਦਾ ਸੀਗਾ, ਪਾਰਟੀ ਨੇ ਪ੍ਰੋਗਰਾਮ, ਸਾਡੇ ਪਿੰਡ ਦੀ 1200 ਵੋਟ ਪਈ ਜ਼ਿਲ੍ਹਾ ਪ੍ਰੀਸ਼ਦ ਨੂੰ, ਸੁਣੋ ਜੀ, ਸਾਡੇ ਪਿੰਡ 1200 ਵੋਟ ਪਈ ਜ਼ਿਲ੍ਹਾ ਪ੍ਰੀਸ਼ਦ ਨੂੰ, ਪਰ ਐਮਪੀ ਸਾਹਿਬ ਜ਼ਿਲ੍ਹਾ ਪ੍ਰੀਸ਼ਦ ਤੋਂ ਮਾੜੇ ਨੇ, ਉਹਨਾਂ ਨੂੰ 7800 ਵੋਟ ਨਿਕਲੀ। ਹਾਲਾਂਕਿ ਇਸ ਪੂਰੇ ਘਟਨਾਕ੍ਰਮ ਨੂੰ ਚਸ਼ਮਦੀਦਾਂ ਵੱਲੋਂ ਮਹਿਜ਼ ਇੱਕ ਸਟੰਟ ਦੱਸਿਆ ਜਾ ਰਿਹਾ ਹੈ। ਕੱਲ ਇਸ ਤਰ੍ਹਾਂ ਹੋਈ ਸੀ, ਇੱਕ ਲੜਕਾ ਆਇਆ ਸਰਦਾਰ ਜੋ ਬੱਦੋਵਾਲ ਦਾ ਰਹਿਣ ਵਾਲਾ ਸੀਗਾ, ਉਹ ਦਫ਼ਤਰ 'ਚ ਝਗੜ ਕੇ ਆਇਆ ਕਿਸੇ ਨਾਲ, ਉਹਦੀ ਕੋਈ ਮੀਟਿੰਗ ਰੱਖੀ ਹੋਈ ਸੀ, ਉਹਦਾ ਯਾਨੀ ਕਿ ਉਹਨਾਂ ਨੇ ਕੋਈ ਹੱਲ ਨਹੀਂ ਦੱਸਿਆ, ਅਤੇ ਬਹੁਤ ਗੁੱਸੇ 'ਚ ਸੀ, ਅਤੇ ਆਸ਼ੂ ਸਾਹਿਬ ਇੱਧਰੋਂ ਜਾ ਰਹੇ ਸੀ ਸੜਕ ਕ੍ਰੋਸ ਕਰਦੇ, ਸੜਕ ਕ੍ਰੋਸ ਕਰਦੇ ਕਰਦੇ ਉਹਨਾਂ ਨੇ ਆਸ਼ੂ ਦਾ ਗਲ ਫੜਿਆ, ਗਲ ਫੜਿਆ, ਫਿਰ ਆਸ਼ੂ ਜੀ ਨੇ ਆਪਣੇ ਬਚਾਅ ਲਈ ਉਹਨੂੰ ਧੱਕਾ ਮਾਰਿਆ, ਧੱਕਾ ਮਾਰਿਆ, ਜਦੋਂ ਉਹਨਾਂ ਨੇ ਕਿਹਾ ਵੀ ਸਕਿਉਰਟੀ ਗਾਰਡ ਮੈਨੂੰ ਫੜ ਕੇ, ਇਸ ਲਈ ਉਹਨੇ ਲੋਕ ਪਬਲਿਕ ਦੀ ਹੈਲਪ ਲੈਣ ਲਈ ਸੜਕ 'ਤੇ ਯਾਨੀ ਕਿ ਉਹਨੇ ਲੰਬਾ ਪੈ ਗਿਆ, ਲੰਬਾ ਪੈਣ ਤੋਂ ਬਾਅਦ ਵੀ ਉਹ ਹਟਿਆ ਨਹੀਂ, ਫਿਰ ਆਸ਼ੂ ਜੀ 'ਤੇ ਅਟੈਕ ਕੀਤਾ, ਆਸ਼ੂ ਜੀ ਕੋਲ ਦੇਖਿਆ ਵੀ ਆਸੇ ਪਾਸੇ ਨਾ ਕਮਾਂਡੋ ਸਨ ਨਾ ਪੁਲਿਸ, ਉਹਨਾਂ ਨੇ ਆਪਣੇ ਬਚਾਅ ਲਈ ਫਿਰ ਵੀ ਪਬਲਿਕ ਉਹਨਾਂ ਦੇ ਸਾਥ ਆਈ, ਫਿਰ ਉਹਨੂੰ ਰੋਕਿਆ, ਫਿਰ ਵੀ ਉਹ ਠੰਡਾ ਨਹੀਂ ਹੋਇਆ, 3-4 ਵਾਰੀ ਇਹ ਹੋਇਆ, ਅਤੇ ਉਸ ਤੋਂ ਬਾਅਦ ਕਮਾਂਡੋਸ ਆਈ ਅਤੇ ਪੁਲਿਸ ਉਹਨਾਂ ਨੂੰ ਲੈ ਕੇ ਅੰਦਰ। ਇਸ ਪੂਰੇ ਮਾਮਲੇ ਤੇ ਜਦੋਂ ਪੁਲਿਸ ਅਧਿਕਾਰੀਆਂ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਨੇ ਕੀ ਜਵਾਬ ਦਿੱਤਾ, ਤੁਸੀਂ ਆਪ ਹੀ ਸੁਣ ਲਵੋ। ਪਾਰਟੀ ਦੀ ਸਾਡੇ ਕੋਲ ਕੰਪਲੇਂਟ ਨਹੀਂ, ਨਾ ਕੋਈ ਪੋਲੀਟਿਕਲ ਪਾਰਟੀ ਦਾ ਮੈਟਰ ਹੈ, ਹਾਂ ਇਹ ਇੱਥੇ ਰੋਡ ਦੇ ਉੱਪਰ ਦੋ ਗਰੁੱਪ ਨੇ ਜੀ, ਦੋ ਤਿੰਨ ਲੜਕਿਆਂ ਦਾ ਆਪਸ ਝਗੜਾ ਹੋਇਆ, ਅਸੀਂ ਉਹਦੇ ਵਿੱਚ ਅਜੇ ਅਸੀਂ ਉਹਨੂੰ ਬੁਲਾਇਆ ਕੰਪਲੇਂਟ ਨੂੰ, ਕੰਪਲੇਂਟ ਆਉਣ, ਕੰਪਲੇਂਟ ਆਉਣ ਤੋਂ ਬਾਅਦ ਉਹਨੂੰ ਅਨਾਲਿਸਿਸ ਕਰਕੇ ਅਸੀਂ ਲੀਗਲ ਐਕਸ਼ਨ, ਵੀਡੀਓ ਬਾਰੇ ਅਜੇ ਮੈਨੂੰ ਨੌਲੇਜ ਨਹੀਂ, ਨਾ ਮੈਂ ਵੀਡੀਓ ਦੇਖੀ, ਮੈਂ ਤਾਂ ਪੁਲਿਸ ਕਸਟਡੀ ਨਹੀਂ ਜੀ, ਪੁਲਿਸ ਕਸਟਡੀ ਨਹੀਂ, ਅਸੀਂ ਸਿਰਫ ਅਜੇ ਝਗੜੇ 'ਚ ਡਿਫਿਊਜ਼ ਕੀਤਾ ਝਗੜੇ 'ਚ ਜੀ, ਅਜੇ ਉਹਨਾਂ ਦਾ ਦੋ ਗੁੱਟ ਨੇ, ਇੱਕ ਕੁਲਦੀਪ ਸਿੰਘ ਅਤੇ ਇੱਕ ਕੋਈ ਹੋਰ, ਅਜੇ ਮੈਂ ਉਹਨਾਂ ਦਾ ਨਾਂ ਵੈਰੀਫਾਈ ਵੀ ਨਹੀਂ ਕੀਤੇ, ਮੈਨੂੰ ਪਹਿਲਾਂ ਐਪਲੀਕੇਸ਼ਨ ਆਉਣ ਜੀ, ਉਸ ਤੋਂ ਬਾਅਦ ਹੀ ਫਿਰ ਮੈਂ ਕੁਛ ਕਹਿ ਪਾਉਂਗਾ। ਜੀਟੀ ਰੋਡ 'ਤੇ ਕਿਸੇ ਪੋਲੀਟੀਕਲ ਪਾਰਟੀ ਦਾ ਤਾਂ ਕੋਈ ਮਸਲਾ ਨਹੀਂ, ਕਿਸੇ ਕੋਈ ਪੋਲੀਟੀਕਲ ਲੜਾਈ ਨਹੀਂ ਹੈ, ਕੋਈ ਪੋਲੀਟੀਕਲ ਪਾਰਟੀ ਨਾਲ ਰਿਲੇਟਡ, ਦੇਖੋ ਇਹ ਤੁਸੀਂ ਕਹਿ ਰਹੇ ਹੋ, ਅਜੇ ਮੈਨੂੰ ਕੰਪਲੇਂਟ ਆਉਣ ਦਿਓ ਜੀ, ਲੈਟ ਮੀ ਵੈਰੀਫਾਈ, ਅਤੇ ਵੈਰੀਫਾਈ ਕਰਾਂਗੇ ਜੋ ਲੀਗਲ ਬਣਦਾ ਜੀ ਹੋਊਗਾ। ਵੋਟਾਂ ਵੇਲੇ ਅਜਿਹੇ ਵਰਤਾਰੇ ਹੋਣਾ ਸੁਭਾਵਿਕ ਹੈ, ਪਰ ਸੋਚਣ ਵਾਲੀ ਗੱਲ ਤਾਂ ਇਹ ਹੈ ਕਿ ਅਕਸਰ ਪਾਰਟੀਬਾਜ਼ੀ ਤੇ ਧੜੇਬੰਦੀ 'ਚ ਨੁਕਸਾਨ ਸਿਰਫ ਵੋਟਰਾਂ ਦਾ ਹੀ ਹੁੰਦਾ ਹੈ, ਕਿਉਂਕਿ ਵੋਟਾਂ ਲੈਣ ਵਾਲੇ ਲੀਡਰ ਤਾਂ ਫਿਰ 5 ਸਾਲ ਦਿਖਾਈ ਨਹੀਂ ਦਿੰਦੇ ਤੇ ਨਾ ਹੀ ਧੜੇਬੰਦੀਆਂ ਦੀ ਸਾਰ ਲੈਂਦੇ ਨੇ। ਬਿਊਰੋ ਰਿਪੋਰਟ, ਵਿਜ਼ਨ ਪੰਜਾਬ ਟੀਵੀ। ਫੋਰ ਮੋਰ ਨਿਊਜ਼ ਅਪਡੇਟਸ ਐਂਡ ਐਂਟਰਟੇਨਮੈਂਟ ਵੀਡੀਓਜ਼, ਪਲੀਜ਼ ਸਬਸਕ੍ਰਾਈਬ ਆਰ ਚੈਨਲ। For all latest notification, don't forget to press the bell icon.